ਹਨੇਰੀ, ਤੂਫਾਨ ਤੇ ਵਾਵਰੋਲੇ ਦਾ ਇੱਕ ਖੌਫਨਾਕ ਮੰਜ਼ਰ ਵੇਖਣ ਨੂੰ ਮਿਲਿਆ ਮੋਗਾ ਦੇ ਵਿੱਚ। ਕਸਬਾ ਨਿਹਾਲ ਸਿੰਘ ਵਾਲਾ ਦੇ ਵਿੱਚ ਹਨੇਰੀ, ਤੂਫਾਨ ਤੇ ਵਾਵਰੋਲੇ ਨੇ ਲੋਕਾਂ ਦਾ ਖਾਸਾ ਨੁਕਸਾਨ ਕੀਤਾ। ਇੰਨਾ ਹੀ ਨਹੀਂ, ਤੇਜ਼ ਹਵਾਵਾਂ ਤੇ ਤੂਫਾਨ ਕਾਰਨ ਕਈ ਦਰਖਤ, ਬਿਜਲੀ ਦੇ ਖੰਭੇ ਤੇ ਲੋਕਾਂ ਦੇ ਘਰ ਵੀ ਨੁਕਸਾਨੇ ਗਏ ਨੇ। ਹਨੇਰੀ ਤੂਫਾਨ ਨੇ ਲੋਕਾਂ ਦੇ ਘਰਾਂ ਦੇ ਛੱਡ ਤੱਕ ਉਡਾ ਕੇ ਲੈ ਗਏ ਨੇ। ਗਨੀਮਤ ਇਹ ਰਹੀ ਹੈ ਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਇੰਨਾ ਕੁ ਤੇਜ਼ ਤੂਫਾਨ ਆਇਆ ਵੀ ਸਾਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ, ਨਾ ਸਾਡੀਆਂ ਲੇਬਰਾਂ ਨੂੰ, ਨਾ ਸਾਨੂੰ। ਇਹ ਪੰਜ ਚਾਰ ਮਿੰਟ 'ਚ ਸਾਰਾ ਕੁਛ ਹੋ ਗਿਆ। ਨੁਕਸਾਨ ਤਾਂ ਗੱਲ ਵੱਖਰੀ ਆ, ਪਰ ਜਿਹੜੀ ਸਾਡੀ ਲੇਬਰ ਕੰਮ ਕਰਦੀ ਸੀ, ਪਰਮਾਤਮਾ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਵੀ ਸਾਰੇ ਬੰਦੇ ਸਾਡੇ ਸੇਫ ਆ, ਕੋਈ ਵੀ ਬੰਦਾ ਸਾਡਾ ਗੁੰਮ ਨਹੀਂ ਹੈ, ਬਿਲਕੁਲ ਸਾਰੀ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਸਾਡਾ ਸਾਰਾ ਸਟਾਫ, ਅਸੀਂ ਖੁਦ, ਅਸੀਂ ਸਾਰੇ ਠੀਕ ਠਾਕ ਹੈ। ਜੋ ਸਾਡਾ ਨੁਕਸਾਨ, ਇਹ ਮਾਲੀ ਨੁਕਸਾਨ ਹੋਇਆ, ਇਹਦਾ ਫਿਲਹਾਲ ਅਜੇ ਕੋਈ ਵੀ ਮਤਲਬ ਜਜਮੈਂਟ ਨਹੀਂ ਕੀਤੀ ਜਾ ਸਕਦੀ ਵੀ ਕਿੰਨਾ ਨੁਕਸਾਨ ਹੋ ਗਿਆ। ਬਾਕੀ ਤੁਹਾਡੇ ਸਾਹਮਣੇ ਹੀ ਆ, ਤੁਸੀਂ ਮੰਜ਼ਰ ਜਿਹੜਾ ਕੁਦਰਤ ਦਾ ਮੰਜ਼ਰ ਆ, ਇਹ ਤੁਹਾਡੇ ਸਾਹਮਣੇ ਹੀ ਆ, ਤੁਹਾਡੀ ਕੈਮਰੇ ਦੇ ਵਿੱਚ ਕੈਦ ਹੀ ਇਹ ਵੀ ਕੀ ਕੁਛ ਹੋਇਆ। ਇਹ ਦੋ ਚਾਰ ਮਿੰਟ 'ਚ ਸਾਰਾ ਕੁਛ ਹੋ ਗਿਆ ਜੀ, ਬਸ ਜੀ। ਔਰ ਤੁਸੀਂ ਕਹਿ ਰਹੇ ਸੀ ਕਿ ਕੁਝ ਕੁ ਜਿਹੜੇ ਵਿਅਕਤੀ ਨੇ, ਇੱਕ ਦੋ ਤੁਹਾਡੇ ਮੁਲਾਜ਼ਮ ਨੇ, ਉਹ ਜ਼ਖਮੀ ਵੀ ਹੋਏ ਸੀ? ਉਹ ਥੋੜ੍ਹੇ ਬਹੁਤੇ ਜ਼ਖਮੀ ਸੀ, ਉਹਨਾਂ ਨੂੰ ਟ੍ਰੀਟਮੈਂਟ ਦੇ ਕੇ ਉਹ ਸਾਡੇ ਕੋਲ ਹੈਗੇ ਆ, ਕੋਈ ਦਿੱਕਤ ਨਹੀਂ, ਖਤਰੇ ਤੋਂ ਬਾਹਰ ਨੇ ਸਾਰੇ ਜੀ।